ਇਹ ਆਪਣੇ ਮੁਹੰਮਦ ਰਫੀਕ ਜੀ ਸੀਗੇ, ਸਨ ਆਫ ਮੁਹੰਮਦ ਸੱਤਾਰ ਜੀ, ਵਾਸੀ ਪਿੰਡ ਮੋਹਲੀ ਖੁਰਦ ਤੋਂ ਸੀਗੇ ਅਤੇ ਇਹ ਸਾਲ ਡੇਢ ਸਾਲ ਪਹਿਲਾਂ ਜਿਹੜਾ ਦੁਬਈ ਗਏ ਹੋਏ ਸੀ ਉੱਥੇ ਜਿਹੜੀ ਇਹਨਾਂ ਦੀ ਡੈਥ ਹੋਈ ਹੈ ਉਹਦੇ ਬਾਰੇ ਸਾਨੂੰ ਪਰਿਵਾਰ ਨੂੰ 25 ਜੁਲਾਈ ਨੂੰ ਪਤਾ ਲੱਗਿਆ ਅਤੇ ਫਿਰ ਉੱਥੋਂ ਸਾਨੂੰ ਪਤਾ ਲੱਗਿਆ ਕਿ ਪਟਿਆਲੇ ਤੋਂ ਡਾਕਟਰ ਐਸ ਪੀ ਸਿੰਘ ਉਬਰਾਏ ਜੀ ਹੈਗੇ ਆ ਜਿਹੜੇ ਬਹੁਤ ਹੀ ਇਸ ਤਰ੍ਹਾਂ ਦੇ ਗਰੀਬਾਂ ਲਈ ਬੜੀ ਮਦਦ ਕਰਦੇ ਆ ਅਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਉਹ ਡੈਡ ਬੋਡੀਆਂ ਨੂੰ ਇੱਧਰ ਮੰਗਾਉਣਾ ਹੋਵੇ ਜਾਂ ਪੰਜਾਬੀਆਂ ਨੂੰ ਇੱਧਰ ਜਿਹੜਾ ਹੈਗਾ ਇੰਡੀਆ ਦੇ ਵਿੱਚ ਬੁਲਾਉਣਾ ਹੋਵੇ ਤਾਂ ਉਹ ਹਮੇਸ਼ਾ ਉਹਦੇ ਲਈ ਤਤਪਰ ਰਹਿੰਦੇ ਆ ਅਤੇ ਸਾਡੇ ਪਟਿਆਲੇ ਤੋਂ ਜਿਹੜੇ ਉਹਨਾਂ ਦੇ ਆਲ ਇੰਡੀਆ ਚੈਰੀਟੇਬਲ ਸਰਬੱਤ ਦਾ ਭਲਾ ਦੇ ਜਿਹੜੇ ਪ੍ਰਧਾਨ ਸਾਹਿਬ ਹੈਗੇ ਆ ਆਪਣੇ ਜੱਸਾ ਸਿੰਘ ਜੀ, ਉਹਨਾਂ ਨਾਲ ਸਾਡੇ ਪਿੰਡ ਦੇ ਸਾਬਕਾ ਸਰਪੰਚ ਜਤਿੰਦਰ ਸਿੰਘ ਜੀ ਨੇ ਰਾਬਤਾ ਕਾਇਮ ਕੀਤਾ ਅਤੇ ਮਲੇਰਕੋਲਾ ਤੋਂ ਪ੍ਰਧਾਨ ਨਾਸਰ ਅਲੀ ਢਿੱਲੋਂ ਜੀ ਜਿਹੜੇ ਹੈਗੇ ਆ ਉਹ ਪਿੰਡ 'ਚ ਆਏ ਅਤੇ ਉਹਨਾਂ ਨੇ ਵੈਰੀਫਿਕੇਸ਼ਨ ਕਰਕੇ ਜਿਹੜਾ ਹੈਗਾ ਅਤੇ ਸਾਨੂੰ ਦੱਸਿਆ ਅਤੇ ਸਾਨੂੰ ਪਤਾ ਲੱਗਿਆ ਅਤੇ ਅੱਜ ਜੋ ਅਸੀਂ ਇੱਥੇ ਡੈਡ ਬੋਡੀ ਰਿਸੀਵ ਕਰਨ ਆਏ ਹਾਂ ਇਹ ਸਾਰਾ ਜਿਹੜਾ ਹੈਗਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਸਮੂਹ ਉਹਨਾਂ ਦੀ ਜਿਹੜੀ ਹੈਗੀ ਟੀਮ ਮੈਂਬਰਸ਼ਿਪ ਹੈਗੀ ਆ ਅਤੇ ਉਹਨਾਂ ਨੇ ਸਾਤੋਂ ਮਤਲਬ ਜੋ ਵੀ ਹੈਗਾ ਇੱਕ ਪੈਸਾ ਨਹੀਂ ਲੱਗਣ ਦਿੱਤਾ, ਫਰੀ ਆਫ ਕੋਸਟ ਜਿਹੜਾ ਹੈਗਾ ਸਾਡਾ ਗਰੀਬ ਪਰਿਵਾਰ ਦਾ ਜਿਹੜਾ ਹੈਗਾ ਇਹ ਭਲਾ ਕੀਤਾ ਅਤੇ ਅਸੀਂ ਮਤਲਬ ਸਾਡੇ ਕੋਲ ਉਹ ਲਫ਼ਜ਼ ਨਹੀਂ ਹੈਗੇ ਜਿਨ੍ਹਾਂ ਨਾਲ ਸਾਡੇ ਲਈ ਤਾਂ ਇੱਕ ਡਾਕਟਰ ਐਸ ਪੀ ਸਿੰਘ ਉਬਰਾਏ ਜੀ ਇੱਕ ਫਰਿਸ਼ਤੇ ਦੇ ਰੂਪ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਇਹ ਇੱਕ ਕੰਮ ਕੀਤਾ। ਸਾਨੂੰ ਤਾਂ ਫੈਮਿਲੀ ਨੂੰ ਉੱਥੋਂ ਇਹ ਵੀ ਨਹੀਂ ਸੀ ਪਤਾ ਲੱਗਿਆ ਵੀ ਹਾਂ ਉਹ ਉੱਥੇ ਹੈਗੇ ਆ ਨਹੀਂ ਹੈਗੇ, ਉਹ ਕਿਹੜੇ ਹਾਲਾਤਾਂ 'ਚ ਡੈਥ ਹੋਈ ਆ, ਕਿੰਨੀ ਤਰੀਕ ਨੂੰ ਉਹਨਾਂ ਦੀ ਜਿਹੜੀ ਡੈਥ ਹੋਈ ਆ। ਤੋ ਅਸੀਂ ਜਿਹੜਾ ਹੈਗਾ ਡਾਕਟਰ ਐਸ ਪੀ ਸਿੰਘ ਉਬਰਾਏ ਜੀ ਦਾ ਅਤੇ ਸਾਡੇ ਦੁਬਈ ਦੇ ਵਿੱਚ ਜਿਹੜੇ ਬਾਲਦੀਪ ਸਿੰਘ ਜੀ ਹੈਗੇ ਆ ਸਰਦਾਰ ਬਾਲਦੀਪ ਸਿੰਘ ਜੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਇਸ ਡੈਡ ਬੋਡੀ ਨੂੰ ਇੱਥੇ ਲਿਆ ਕੇ ਸਾਨੂੰ ਸੌਂਪਣ ਦੇ ਵਿੱਚ ਪੂਰਾ ਯੋਗਦਾਨ ਦਿੱਤਾ ਅਤੇ ਸਾਡਾ ਜਿਹੜਾ ਹੈਗਾ ਕੋਈ ਵੀ ਇੱਕ ਵੀ ਪੈਸਾ ਜਿਹੜਾ ਹੈਗਾ ਕਿਸੇ ਵੀ ਰੂਪ ਦੇ ਵਿੱਚ ਨਹੀਂ ਲੱਗਣ ਦਿੱਤਾ। ਅੱਜ ਇਹ ਮਲੇਰਕੋਟਲਾ ਡਿਸਟ੍ਰਿਕਟ ਦਾ ਮੋਹਲੀ ਖੁਰਦ ਦਾ ਨੌਜਵਾਨ ਸੀਗਾ ਰਫੀਕ ਮੁਹੰਮਦ, ਜਿਹੜਾ ਕਿ ਕਾਫੀ ਸਮਾਂ ਪਹਿਲਾਂ ਖਾੜੀ ਮੁਲਕਾਂ ਦੇ ਵਿੱਚ ਕੰਮ ਕਰਦਾ ਸੀਗਾ, ਕਾਰਪੈਂਟਰ ਦਾ ਕੰਮ ਕਰਦਾ ਸੀ, ਪਿਛਲੇ ਡੇਢ ਕੁ ਸਾਲ ਤੋਂ ਇਹ ਦੁਬਈ ਦੇ ਵਿੱਚ ਕੰਮ ਕਰ ਰਿਹਾ ਸੀਗਾ ਅਤੇ ਇਹ 38 ਸਾਲ ਇਹਦੀ ਉਮਰ ਦੱਸਦੇ ਨੇ। ਇਹ ਇਹਨਾਂ ਦਾ ਭਤੀਆ ਲੱਗਦਾ ਸੀ ਬਾਰੂ ਮੁਹੰਮਦ ਹੋਰੀ, ਐਡਵੋਕੇਟ ਜਵੇਦ ਨੇ, ਇਹ ਮਲੇਰਕੋਟਲਾ ਤੋਂ ਨੇ, ਇਹਨਾਂ ਦਾ ਵੀ ਰਿਸ਼ਤੇਦਾਰੀ ਸੀਗੀ, ਇਹ ਉਹਨਾਂ ਦੇ ਪਿੰਡ ਦੇ ਨੇ ਮੋਹਲੀ ਖੁਰਦ ਦੇ ਤਹਿਸੀਲ ਅਹਿਮਦਗੜ੍ਹ ਦੇ। ਸੋ ਇਹ ਅੱਜ ਇੱਥੇ ਡੈੱਡ ਬੋਡੀ ਜਿਹੜੀ ਉਹਦੀ ਰਫੀਕ ਮੁਹੰਮਦ ਦੀ ਜਿਹੜੀ ਪਿੱਛੇ ਜੇ 25 ਜੁਲਾਈ ਨੂੰ ਪਤਾ ਲੱਗਾ ਪਰਿਵਾਰ ਨੂੰ ਕਿ ਉਹਦੀ ਇੱਥੇ ਭੇਤ ਭਰੇ ਹਾਲਤਾਂ ਦੇ ਵਿੱਚ ਮੌਤ ਹੋ ਗਈ ਆ ਜਾਂ ਕਾਰਡੀਅਕ ਅਰੈਸਟ ਦੱਸਿਆ ਉੱਥੇ ਡਾਕਟਰਸ ਨੇ, ਅਤੇ ਇਹ ਡੈੱਡ ਬੋਡੀ ਲੈਣ ਆਏ ਆ ਇੱਥੇ, ਇਹਨਾਂ ਨੂੰ ਪਤਾ ਲੱਗਾ ਫਿਰ ਇਹਨਾਂ ਨੇ ਪਰਿਵਾਰ ਨੇ ਫਿਰ ਜੱਸਾ ਸਿੰਘ ਹੋਰਾਂ ਨਾਲ ਜਿਹੜੇ ਸਾਡੇ ਨੈਸ਼ਨਲ ਪ੍ਰਧਾਨ ਨੇ ਉਹਨਾਂ ਨਾਲ ਸੰਪਰਕ ਕੀਤਾ ਕੋਈ ਸੰਪਰਕ ਸੂਤਰ ਲੱਭ ਕੇ, ਅਤੇ ਫਿਰ ਉਬਰਾਏ ਸਾਹਿਬ ਨੂੰ ਅਤੇ ਸਰਦਾਰ ਬਲਦੀਪ ਸਿੰਘ ਜਿਹੜੇ ਨੇ ਉਹਨਾਂ ਨੇ ਸਾਰਾ ਉੱਥੋਂ ਕਾਗਜ਼ ਪੱਤਰ ਤਿਆਰ ਕੀਤੇ ਨੇ ਇਹਦਾ, ਫਿਰ ਡੈੱਡ ਬੋਡੀ ਭੇਜਣ ਦਾ ਜਿਹੜਾ ਪਰਿਵਾਰ ਦੇ ਨਾਲ ਸਾਰਾ ਤਾਲੁਕ ਕਰਕੇ ਉਹਦੀ ਪਛਾਣ ਕਰਕੇ ਇਹ ਡੈੱਡ ਬੋਡੀ ਭੇਜਣ ਦਾ ਜਿਹੜਾ ਪ੍ਰਬੰਧ ਆ ਇਹ ਰਾਏ ਸਾਹਿਬ ਸਰਬੱਤ ਦਾ ਭਲਾ ਟਰੱਸਟ ਨੇ ਕੀਤਾ, ਅਤੇ ਜਿਹੜਾ ਖਰਚਾ ਸੀ ਜਿਹੜਾ ਹੁਣ ਤੱਕ ਉਹ ਇੰਡੀਅਨ ਕੌਂਸਲੇਟ ਜਿਹੜਾ ਉੱਥੇ ਦੁਬਈ ਦਾ ਵਾ ਉਹਨਾਂ ਨੇ ਕੀਤਾ ਸਾਰਾ। ਸੋ ਇਹ ਲਗਭਗ 360 ਤੋਂ ਵੱਧ ਜਿਹੜੀਆਂ ਨੇ ਡੈੱਡ ਬੋਡੀਜ਼ ਆ ਉਹ ਰਾਏ ਸਾਹਿਬ ਹੋਰੀ ਉੱਥੋਂ ਉਹਨਾਂ ਦੇ ਯਤਨਾਂ ਕਰਕੇ ਅਤੇ ਇੰਡੀਅਨ ਕੌਂਸਲੇਟ ਦੇ ਸਹਿਯੋਗ ਨਾਲ ਇਹ ਭਾਰਤ ਵੱਖ ਵੱਖ ਜ਼ਿਲ੍ਹੇ ਆਪਣੇ ਵੱਖ ਵੱਖ ਸੂਬਿਆਂ ਦੇ ਵਿੱਚ ਅਤੇ ਖਾਸ ਕਰਕੇ ਪੰਜਾਬ ਦੇ ਜਿਹੜੇ ਵੱਖ ਵੱਖ ਜ਼ਿਲ੍ਹਿਆਂ ਨਾਲ ਸੰਬੰਧਿਤ ਆ ਉਹ ਇੱਥੇ ਆਈਆਂ ਹੁਣ ਤੱਕ ਆ ਚੁੱਕੀਆਂ ਨੇ। ਅੱਜ ਅਸੀਂ ਅੰਮ੍ਰਿਤਸਰ ਦੀ ਟੀਮ ਹੈ, ਸਾਡੇ ਨਾਲ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਪ੍ਰਧਾਨ ਨੇ ਸ਼ਸ਼ਪਾਲ ਸਿੰਘ, ਸੁਖਚੈਨ ਸਿੰਘ ਹੋਰੀ ਨੇ ਸਾਡੇ ਇੱਥੋਂ ਜਿਹੜਾ ਫਾਈਨੈਂਸ ਦਾ ਕੰਮ ਦੇਖਦੇ ਨੇ ਨਵਜੀਤ ਸਿੰਘ ਹੋਰੀ, ਇਹ ਸਾਰੇ ਅਸੀਂ ਇੱਥੇ ਪਹੁੰਚੇ ਹਾਂ। ਸੋ ਇਹਨਾਂ ਨੂੰ ਅਸੀਂ ਡੈੱਡ ਬੋਡੀ ਜਿਹੜੀ ਆ ਹੁਣ ਸਾਰੀ ਇੱਥੇ ਰਿਸੀਵ ਕਰਕੇ ਇਹਦੇ ਨਾਲ ਫਿਰ ਇਹਨਾਂ ਨੇ ਮਲੇਰਕੋਟਲੇ ਲੈ ਕੇ ਜਾਣੀ।